ओके सो वेरी गुड इवनिंग टू ऑल ऑफ यू स्टूडेंट आज एम सी आई द रिजल्ट आ चुका होगा कल रात का और एनैलिस uh, जरा पेंडिंग से सो नाउ द आई एम हेयर विद द कंप्लीट एनालिसिस ऑफ द क्योंकि मेजर इशू मेरा कंसर्न जो ज़्यादातर पंजाब के दे कैंडीडेट्स दे उन्होंने सेफ्टी और दा स्टेटस लिए ही दा है ठीक है ਲਾਈਕ ਜਿੱਦਾਂ ਪੰਜਾਬ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਹੈ ਉਹਨਾਂ ਦੇ ਲਈ ਕਿਹਿਆ ਸਟੇਟਸ ਹੈ ਐਮਸੀਸੀ ਦੇ ਰਿਜ਼ਲਟ ਤੋਂ ਬਾਅਦ ਉਹਨਾਂ ਦੀ ਕਿਆ ਅਵੇਲੇਬਿਲਿਟੀ ਆਈ ਹੈ ਸੋ ਆਮ ਜਸਟ ਲिटल ਬਿਟ ਹੈਪੀ ਕਿ ਜਿੰਨੇ ਵੀ ਕੈਂਡੀਡੇਟ ਸੀਗੇ ਉਹ ਕਾਫੀ ਬੱਚੇ ਜਿਹੜੇ ਆ ਮੂਵ ਕਰ ਰਹੇ ਆ ਜਿਨ੍ਹਾਂ ਨੂੰ ਪੰਜਾਬ ਤੋਂ ਬਾਅਦ ਅ ਅੱਛੇ ਅੱਛੇ ਕਾਲਜਸ ਹੋਰ ਵੀ ਮਿਲੇ ਆ ਉਹ ਡਿਜ਼ਰਵ ਕਰਦੇ ਆ ਜਿਨ੍ਹਾਂ ਬੱਚਿਆਂ ਦੇ ਮਾਰਕਸ ਜਿਹੜੇ ਆ ਉਹ 700 ਤੋਂ ਵੱਧ ਹੈ ਉਹ 700 ਤੋਂ ਵੱਧ ਹੈ ਜਾਂ 660 ਤੋਂ ਵੱਧ ਹੈ Uh, उन्ह क्या, क्या स्टेटस है उन्होंने लिए कॉलेजि कि अलॉट हुए हैं, सो दैट विल बी डिस्कस इन द टूडे सो लैक्चर सो माई सेल्फ नीट गुरु अमित बारल चंडीगढ़ सो टूडे विल डिस्कस अबाउट द करंट सिनेरियो ऑफ द पंजाब कैंडिडेट आफ्टर द रिजल्ट ऑफ एम सी सी एंड द हाउ मैनी कैंडिडेट मूव टू द ऑल इंडिया आफ्टर द एम सी सी रिजल्ट सो आप उ करा ठीक है सो दर इज़ ए कंप्लीट सनैरीओ मेरे को वन बाई वन हर एक बच्चे का स्टूडेंट का इनकलूडिंग नाम अपना नाम भी पता कर लिया कि सो so दैट कि सू पता होना चाहिए कि बच्चे चाहिए? कि इस बच्चे का नाम है फॉर एग्जाम्पल एक बच्चे का नाम है दिलजीत इतों मूव करके पंजाब की काउंसलिंग तो मूव करके अगे मूव कितें करके गया और उन्होंने कॉलेज मिले ठीक है सो लाइक फस्ट दिस इज़ कंप्लीट सनैरीओ मैं डिस्प्ले कर रहा है ता ਠੀਕ ਹੈ ਸੋ ਇੱਕ ਬੱਚਾ ਸਭ ਤੋਂ ਪਹਿਲਾਂ 715 ਨੰਬਰ ਉਹਦਾ ਮੈਰਿਟ ਨੰਬਰ ਪੰਜਾਬ ਦੇ ਵਿੱਚ ਵਨ ਸੀਗਾ ਮੈਂ ਮੈਰਿਟ ਨੰਬਰ ਵੀ ਡਿਸਕਸ ਕਰਾਂਗਾ ਨਾਮ ਨਾਲ ਐਟ दैट इज ਅ ਥੋੜੀ ਅੱਛੀ ਨਿਊਜ਼ ਹੈ ਕਿ ਕਾਫੀ ਬੱਚਿਆਂ ਨੂੰ ਉੱਪਰ ਵਾਲੇ ਬੱਚਿਆਂ ਨੂੰ ਕਾਫੀ ਕਾਲਜਸ ਜਿਹੜੇ ਆ ਅਲਾਟ ਹੋ ਗਏ ਆ ਠੀਕ ਹੈ ਸੋ 660 ਪਲੱਸ ਵਾਲੇ ਬੱਚਿਆਂ ਨੂੰ ਅਲਾਟ ਹੋ ਗਏ ਤਾਂ ਉਹਨਾਂ ਜਿਹੜਾ ਸਲੈਬ ਸੀਗਾ ਉਹ ਸਾਡਾ ਬਚ ਗਿਆ ਬਸ ਇੰਨੀ ਹੋਪ ਹੈ ਮੇਰੀ ਵੀ ਇਹ ਰਿਕਵੈਸਟ ਹੈ ਬੱਚਿਆਂ ਨੂੰ ਜਿਹੜੇ ਬੱਚਿਆਂ ਨੂੰ ਅੱਛੇ-ਅੱਛੇ ਕਾਲਜਸ ਮਿਲੇ ਆ ਔਰ ਉਹਨਾਂ ਨੂੰ ਮੂਵ ਉੱਥੇ ਕਰ ਜਣਾ ਚਾਹੀਦਾ ਔਰ ਉਹ ਕਾਲਜ ਛੱਡਣ ਵਾਲੇ ਕਾਲਜਸ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਕਾਲਜ ਦੇ ਨਾਲ ਤੁਸੀਂ ਕੰਪੇਅਰ ਕਰੋਗੇ ਤੇ ਕਿਉਂਕਿ ਹਰ ਐਨਆਰਆਈਐਫ ਦੇ ਅਕੋਰਡਿੰਗਲੀ ਰੈਂਕਿੰਗ ਤੇ ਮੈਟਰ ਕਰਦੀ ਹੈ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਜ਼ਿਆਦਾ ਮਾਰਕਸ ਲਏ ਔਰ ਡਿਜ਼ਰਵ ਵੀ ਕਰਦੇ ਆ ਕਿ ਐਮਜ਼ ਬਠਿੰਡਾ ਤੇ ਵੀ ਜਾਂਦੇ ਆ ਔਰ ਉਹਨਾਂ ਨੂੰ ਚੂਜ਼ ਵੀ ਕਰਨਾ ਚਾਹੀਦਾ ਠੀਕ ਹੈ ਸੋ ਕੁਝ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਨੂੰ ਲੈਕ ਆਫ ਨੋਲਜ ਹੈ ਉਹ ਕੋਈ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਸਾਰੇ ਬੱਚਿਆਂ ਨਹੀਂ ਕੁਝ ਬੱਚੇ ਪੰਜਾਬ ਦੇ ਐਦਾਂ ਦੇ ਹੈ ਜਿਹੜੇ 690 680 ਵਲੇ ਜਿਹਨਾਂ ਨੂੰ ਐਮਜ਼ ਬਠਿੰਡਾ ਮਿਲਦਾ ਪਿਆ ਐਂਡ ਸਟਿਲ ਦੇ ਆਰ ਪ੍ਰੇਫਰਿੰਗ ਕਿ ਸਾਨੂੰ ਨਾ ਨੇੜੇ ਮਿਲ ਜਾਈ ਜੀ ਸੋ ਉਹ ਕੋਈ ਵਾਈਸ ਡਿਸੀਜਨ ਨਹੀਂ ਹੈ ਤੁਹਾਡਾ ਉਹ ਕਿਉਂਕਿ ਕਾਲਜ ਜੇ ਤਾਂ ਇੱਕ ਸਾਈਡ ਤੇ ਤੁਹਾਨੂੰ ਐਮਜ਼ ਮਿਲਦਾ ਪਿਆ ਔਰ ਦੂਸਰੀ ਸਾਈਡ ਸੇ ਸਟਿਲ ਯੂ ਆਰ ਫਾਲਿੰਗ ਇਨਟੂ ਦਾ ਫਰੀਦਕੋਟ ਔਰ ਅੰਮ੍ਰਿਤਸਰ ਤੋਂ ਐਮਜ਼ ਬਠਿੰਡਾ ਚੂਜ਼ ਕਰਨਾ ਚਾਹੀਦਾ ਤੁਹਾਨੂੰ ਕਿਉਂਕਿ एम्स ਦਾ ਲੈਵਲ ਦਾ ਬੱਚਾ ਜਿਹੜਾ ਤੁਹਾਨੂੰ ਕਾਲਜ ਮਿਲਦਾ ਪਿਆ ਫੀਸ ਸਟ੍ਰਕਚਰ ਚ ਵੀ ਹੈ ਕਿਉਂਕਿ ਜੇ ਤੁਹਾਨੂੰ ਇੰਨੀ ਨੋਲਜ ਨਹੀਂ ਹੈ ਤੇ ਐਟ ਲੀਸਟ ਫੀਸ ਸਟ੍ਰਕਚਰ ਤੁਸੀਂ ਚੈੱਕ ਕਰ ਲੋ ਕਿ ਜੇ ਕਿ ਜਿਹਦਾ ਫੀਸ ਸਟ੍ਰਕਚਰ ਬਹੁਤ ਘੱਟ ਹੈ ਤੇ ਉਹਦਾ ਕੁਆਲਿਟੀ ਵੀ ਅੱਛੀ ਹੈ ਜੀ ਔਰ ਉਹ ਸਟੇਟਸ ਵੀ ਹੈਗਾ ਸੋ ਐਮਸ ਜਿਹੜੇ ਆ ਉਹਨਾਂ ਦਾ ਅੱਛਾ ਸਟੇਟਸ ਹੈ ਉਹਨਾਂ ਉਹ ਕਾਲਜ ਜਿਹੇ ਤੁਹਾਨੂੰ ਮਿਲਦਾ ਪਿਆ ਤੇ ਉਹ ਤੁਹਾਨੂੰ ਜੁਆਇਨ ਕਰਨਾ ਵੀ ਚਾਹੀਦਾ ਠੀਕ ਹੈ ਸੋ ਕੁਝ ਬੱਚਿਆਂ ਨੂੰ ਅੱਛੀ ਖਬਰ ਹੈ ਕਿ ਕੁਝ ਪਟਿਆਲਾ ਦੇ 올 ਇੰਡੀਆ ਕੋਟਾ ਦੇ ਥਰੂ ਹੀ ਜਿਹੜੇ ਕਾਲਜ ਜਿਹੜੇ ਹਨ ਉਹ ਪਟਿਆਲਾ ਚ ਮੂਵ ਕਰ ਗਿਆ ਬੱਚੇ ਕਾਫੀ ਬੱਚਿਆ ਨੇ ਜਿਨ੍ਹਾਂ ਨੇ ਬੱਚਿਆ ਨੇ ਪਟਿਆਲਾ ਵੀ ਤੇ ਭਰਿਆ ਨਾ ਕਿਉਂਕਿ ਜਿੱਦਾਂ ਮੈਂ ਵੀ ਐਜ਼ ਇਟ ਇਜ਼ ਤੁਹਾਨੂੰ ਆਪਣੇ ਬੱਚਿਆਂ ਨੂੰ 67 ਦੀ ਲਿਸਟ ਦਿੱਤੀ ਸੀਗੀ ਟਾਪ 67 ਉਹਦੇ ਵਿੱਚ ਪਟਿਆਲਾ ਵੀ ਇਨਕਲੂਡਡ ਹੈ ਪੰਜਾਬ ਦੇ ਵੀ ਇਨਕਲੂਡਡ ਹੈ ਔਰ ਹਿਮਾਚਲ ਦੇ ਵੀ ਇਨਕਲੂਡਡ ਸੀਗੇ ਔਰ ਸੈਕੰਡ ਥਿੰਗ ਜਿਹੜਾ ਆਈਜੀਐਮਸੀ ਵੱਲੇ ਬੱਚੇ ਹੈ ਜਿਨ੍ਹਾਂ ਨੂੰ ਆਈਜੀਐਮਸ ਕੁਝ ਬੱਚਿਆਂ ਨੂੰ ਹਿਮਾਚਲ ਚ ਵੀ ਮਿਲਿਆ ਹੈ ਹਿਮਾਚਲ ਦੀ ਫੀਸ ਦਾ ਔਰ ਪੰਜਾਬ ਦੀ ਫੀਸ ਦਾ ਮੋਸਟਲੀ 50 ਮੋਰ ਦਨ 50 50% ਦਾ ਮਾਰਜਨ ਹੈ ਬਹੁਤ ਜ਼ਿਆਦਾ ਫੀਸ ਦਾ ਫਰਕ ਹੈ ਪੰਜਾਬ ਦੀ ਫੀਸ ਦਾ ਔਰ ਹਿਮਾਚਲ ਦੀ ਫੀਸ ਦਾ ਠੀਕ ਹੈ ਸੋ ਜੇਕਰ ਤੁਹਾਨੂੰ ਆਈਜੀਐਮ ਸੀ ਸ਼ਿਮਲਾ ਮਿਲਿਆ ਹੈ ਔਰ ਇਸ ਸਾਈਡ ਸੇ ਤੁਹਾਨੂੰ ਪਟਿਆਲਾ ਮੇ ਪਟਿਆਲਾ ਮਿਲਿਆ ਸੋ ਯੂ ਸ਼ੁੱਡ ਆਪ ਦਾ ਆਈਜੀਐਮ ਸੀ ਸ਼ਿਮਲਾ ਠੀਕ ਹੈ ਬਿਕੋਜ਼ ਫੀਸ ਸਟਰਕਚਰ ਵੀ ਹੈਗਾ ਔਰ ਕਾਲਜ ਦਾ ਸਟੇਟਸ ਤੇ ਦੋਨੋਂ ਸੇਮ ਹੀ ਹੈ ਪੰਜਾਬ ਦਾ ਪਟਿਆਲਾ ਵੀ ਅੱਛਾ ਹੈ ਔਰ ਆਈਜੀਐਮ ਸੀ ਵੀ ਅੱਛਾ ਹੈ ਸੋ ਦੋਨੋਂ ਪੁਆਇੰਟ ਆਫ ਵਿਊ ਦੇ ਨਾਲ ਠੀਕ ਹੈ ਬਾਕੀ ਤੁਹਾਡੀ ਮਰਜ਼ੀ ਹੈ ਕਿਉਂਕਿ ਤੁਹਾਡੇ ਕੋ ਰਾਈਟ ਹੈ ਬਿਲਕੁਲ ਕਿਉਂਕਿ ਤੁਸੀਂ ਹਾਈएस्ट ਮਾਰਕਸ ਅਟੇਨ ਕੀਤੇ ਔਰ ਪਹਿਲੀ ਪ੍ਰਾਇਓਰਟੀ ਤੁਹਾਡੇ ਕੋਲ ਹੀ ਹੈ ਤੁਹਾਡੀ ਤੁਹਾਡੀ ਦਾਇਏ ਜਾਣੀ ਜਾਣੀ ਜ਼ਰੂਰੀ ਹੈ ਔਰ ਤੁਹਾਡੀ ਹੀ ਮਰਜ਼ੀ ਚਲੇਗੀ ਬਸ ਮੈਂ ਤੇ ਸੁਜੈਸਟ ਕਰ ਸਕਦਾ ਠੀਕ ਹੈ ਸੋ ਫਰਸਟ ਆ ਰਾਊਂਡ ਦੇ ਵਿੱਚ 715 ਨੰਬਰ ਬੱਚੇ ਦੇ ਠੀਕ ਹੈ ਮੈਰਿਟ ਨੰਬਰ 1 ਸੀਗਾ ਔਰ ਇਸ ਬੱਚੇ ਨੂੰ ਐਮਜ਼ ਦਿੱਲੀ ਮਿਲ ਗਿਆ ਜੀ ਲਓ ਜੀ ਫਰਸਟ ਨੰਬਰ ਚਲਾ ਗਿਆ ਸੈਕਿੰਡ ਨੰਬਰ ਬਚਾ 715 ਰੈਂਕ ਸੀਗੇ ਤਿੰਨ ਬੱਚੇ 715 ਵਾਲੇ ਠੀਕ ਹੈ देर थ्री कैंडिडेट्स ठीक है हू गोट द सात सैवन फिफ्टीन मार्क्स पहले दो बच्चे पहले बच्चे एम्स दिल्ली मिल गया दूसरे बच्चे मौलाना आजाद मैडिकल मिल मै मैडिकल कॉलेज मिल गया एम ए एम सी थर्ड वाले ने भी मिल गया सो पहले तीन पंद्रह सात सौ पंद्रह वाले बच्चे से मूव कर गए ऑल इंडिया कोटा दे मैरिट नंबर थ फोर अटल बिहारी वाजपेई इंस्टीट्यूट न्यू uh, दिल्ली मिले इन्हू भी मूव कर देना चाहिए ਠੀਕ ਹੈ ਜੀ ਨੈਕਸਟ ਪੰਜ ਨੰਬਰ ਕੈਂਡੀਡੇਟ 710 ਨੰਬਰ ਹੈ ਔਰ ਜੀ ਐਮ ਸੀ ਐਚ ਚੰਡੀਗੜ੍ਹ ਮਿਲ ਗਿਆ ਡੈਫੀਨੇਟਲੀ ਹੀ ਜਾਣਾ ਚਾਹੀਦਾ ਹੈ ਚੰਡੀਗੜ੍ਹ ਹੀ ਆਪਟ ਕਰਨਾ ਚਾਹੀਦਾ ਠੀਕ ਹੈ ਸੋ ਇਹ ਕਾਲਜਸ ਮੇ ਬੱਚੇ ਹੀ ਉਹੀ ਚੂਜ਼ ਕਰਤੇ ਜਿਨਾਂ ਨੂੰ ਅੱਛੇ-ਅੱਛੇ ਕਾਲਜਸ ਮਿਲ ਗਿਆ ਸੋ ਉਹ ਮੂਵ ਕਰਨਾ ਚਾਹੀਦਾ ਉਹਨਾਂ ਨੂੰ ਕਿਉਂਕਿ ਕਾਫੀ ਬੱਚੇ ਕਨਫਿਊਜ਼ ਹੁੰਦੇ ਕੋਈਆਂ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਈ ਜੀ ਐਮ ਸੀ ਚਲੋ ਚੰਡੀਗੜ੍ਹ ਜੀ ਸਾਹਿਬ ਪਟਿਆਲਾ ਦੇ ਨੇੜੇ ਰਹਿੰਦੇ ਹਨ ਤੇ ਸਾਨੂੰ ਪਟਿਆਲਾ ਮੈਂ ਮੈਂ ਝੂਠ ਨਹੀਂ ਬੋਲ ਰਿਹਾ ਬਿਲਕੁਲ ਸਾਫ਼ ਔਰ ਸਪਸ਼ਟ ਬੋਲ ਰਿਹਾ ਮੈਨੂੰ ਜਿੰਨੀਆਂ ਕਾਲਸ ਆਈਆਂ ਨਾ ਮੈਨੂੰ 696 ਮਤਲਬ ਕਿ 690 ਪਲਸ ਵਾਲਿਆਂ ਦੇ ਬੱਚਿਆਂ ਦੀ ਕਾਲਸ ਆਈਆਂ ਇਹੋ ਜਿਹੀਆਂ ਕਿ ਸਰ ਕਿ ਸਰ ਆਪਾਂ ਨੂੰ ਨਾ ਨੇੜੇ ਪੈਂਦਾ ਜੀ ਆਪਾਂ ਨੂੰ ਪਟਿਆਲੇ ਜਾਂ ਪਟਿਆਲੇ ਪੈਂਦਾ ਜਾਂ ਅੰਮ੍ਰਿਤਸਰ ਪੈਂਦਾ ਤੇ ਆਪਾਂ ਇਹੀ ਵੱਲ ਪ੍ਰੈਫਰ ਕਰਾਂਗੇ ਸੋ ਨੇੜੇ ਪੈਣਾ ਔਰ ਕਾਲਜ ਦੀ ਕੁਆਲਿਟੀ ਇੱਕ ਪਾਸੇ ਤੁਹਾਨੂੰ ਐਮਸੀ ਐਮਏ ਐਮਸੀ ਦਿੱਲੀ ਮਿਲਦਾ ਪਿਆ ਔਰ ਤੁਹਾਨੂੰ ਅੰਮ੍ਰਿਤਸਰ ਤੁਸੀਂ ਬੈਠੇ ਹੋ ਜੀ ਆਪਾਂ ਨੂੰ ਅੰਮ੍ਰਿਤਸਰ ਲੈਣਾ ਸੋ ਦੈਟ ਇਜ਼ ਅ ਡ੍ਰੀਮ ਕਾਲਜ ਮਨਿਆ ਕਿ ਤੁਹਾਡਾ ਪਟਿਆਲਾ ਤੁਹਾਨੂੰ ਨੇੜੇ ਸੀਗਾ ਤੁਸੀਂ ਐਕਸਪੈਕਟ ਪਹਿਲਾਂ ਹੀ ਕੀਤਾ ਹੋਇਆ ਸੀ ਬਟ ਜਦੋਂ ਤੁਹਾਨੂੰ ਕਾਲਜ ਦਿੱਲੀ ਦਾ ਕਾਲਜ ਮਿਲਦਾ ਪਿਆ ਜਾਂ ਚੰਡੀਗੜ੍ਹ ਜੀਐਮਸੀ ਚੰਡੀਗੜ੍ਹ ਮਿਲਦਾ ਪਿਆ ਤੇ देयर इज अ ਟੂ ਮੱਚ ਡਿਫਰੈਂਸ ਬਿਕੋਜ਼ ਡਿਫਰੈਂਸ ਬਹੁਤ ਜ਼ਿਆਦਾ ਹੈ ਠੀਕ ਹੈ ਪੇਸ਼ੈਂਟ ਦਾ ਵੀ ਹੈਗਾ ਔਰ ਕੁਆਲਿਟੀ ਵਾਈਜ਼ ਵੀ ਫਰਕ ਹੈ ਠੀਕ ਹੈ ਬਹੁਤ ਚੇਂजेस ਹੈ ਤੋਂ ਜੇਕਰ ਤੁਹਾਨੂੰ ਇੰਨੇ ਨੰਬਰ ਹਾਈਐਸਟ ਨੰਬਰ ਤੁਸੀਂ ਅਟੇਨ ਕੀਤੇ ਔਰ ਤੁਹਾਨੂੰ ਮੂਵ ਵੀ ਕਰਨਾ ਚਾਹੀਦਾ ਠੀਕ ਹੈ ਜੀ ਸੋ ਨੈਕਸਟ ਕੈਂਡੀਡੇਟ 710 ਵਾਲਾ ਹੈ ਮੇਰੇ ਕੋ ਰੈਂਕ ਵੀ ਹੈਗੇ ਸ਼ੋ ਕਰ ਰਹੇ ਹਾਂ 710 ਨੰਬਰ ਐ ਚੰਡੀਗੜ੍ਹ ਮਿਲ ਗਿਆ ਉਹਨੂੰ 710 ਨੰਬਰ ਐਮਜ਼ ਰਿਸ਼ੀਕੇਸ਼ ਮਿਲ ਗਿਆ 710 ਵਾਲੇ ਨੂੰ ਡਾਕਟਰ ਬੀਐਸਐਮ ਮਿਲ ਗਿਆ ਦਿੱਲੀ ਦੇ ਵਿੱਚ 705 ਵਾਲੇ ਨੂੰ ਜੀਐਮਸੀ ਐ ਚੰਡੀਗੜ੍ਹ ਮਿਲ ਗਿਆ ਤਿੰਨ ਕੈਂਡੀਡੇਟ ਜਿਹੜੇ ਚੰਡੀਗੜ੍ਹ ਦੇ ਬੈਠੇ ਹੋਏ ਆ ਐਮਜ਼ ਬਠਿੰਡਾ ਮਿਲ ਗਿਆ ਫਿਰ 705 ਵਾਲੇ ਨੂੰ ਐਮਜ਼ ਬਠਿੰਡਾ ਮਿਲ ਗਿਆ 705 ਵਾਲੇ ਨੂੰ ਲੇਡੀ ਹਾਰਡਿੰਗ ਵਰਡ ਮਿਲ ਗਿਆ ਆ 705 आ, 705 ਵਾਲਿਆਂ ਨੂੰ ਜੀਐਮਸੀ ਐ ਚੰਡੀਗੜ੍ਹ ਮਿਲ ਗਿਆ 779 ਵਾਲੇ ਨੂੰ ਐਮਜ਼ ਬਠਿੰਡਾ ਮਿਲ ਗਿਆ 793 ਵਾਲੇ ਨੂੰ HMS ਬਠਿੰਡਾ ਮਿਲ ਗਿਆ 889 ਵਾਲੇ ਨੂੰ SMS ਜੈਪੁਰ ਮਿਲ ਗਿਆ SMS ਜੈਪੁਰ ਇਸ ਦਾ ਟਾਪ 20 ਕਾਲਜਸ ਦੇ ਵਿੱਚ ਆਂਦਾ ਸੋ ਯੂ ਆਰ ਗੈਟਿੰਗ ਇਨ ਦਾ ਟਾਪ 20 ਕਾਲਜਸ ਦੇ ਵਿੱਚ ਤੁਸੀਂ ਸੀਟ ਅਟੇਨ ਕੀਤੀ ਹੈ ਸੋ ਯੂ ਸ਼ੁਡ ਆਪਟ ਦਾ SMS ਜੈਪੁਰ ਇਸ ਅ ਵੈਰੀ ਨਾਈਸ ਕਾਲਜ ਠੀਕ ਹੈ ਸੋ ਐਨਆਈਫ ਗ੍ਰੇਡਿੰਗ ਵੀ ਬਹੁਤ ਅੱਛੀ ਹੈ ਦੀ ਠੀਕ ਹੈ ਸੋ ਯੂ ਸ਼ੁਡ ਆਪਟ दैट ਇਹ ਬੱਚਿਆਂ ਨੂੰ ਮੈਂ ਹੀ ਸਲਾਹ ਦਿਨਾ ਪਿਆ ਬਿਕੋਜ਼ ਕੁਝ ਬੱਚਿਆਂ ਦੇ ਨਾਮ ਕਿਉਂਕਿ ਆ ਰਹੇ ਹਨ ਸੋ ਕਈ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਉਨਨ ਨੂੰ ਆਹੀ ਲੱਗਦਾ ਕਿ ਸਾਨੂੰ ਇਹ ਕਾਲਜਸ ਮਿਲ ਗਿਆ ਔਰ ਇਹ ਗਲਤੀ ਨਾ ਕਰਨ ਕਿ ਇਹ ਸਟੇਟ ਦੇ ਵਿੱਚ 올 ਇੰਡੀਆ ਕੋਟਾ ਦੀ ਕਾਉਂਸਲਿੰਗ ਭੁੱਲ ਜਾਨ ਔਰ ਉੱਥੇ 29 ਤਰੀਕ ਤੱਕ ਜਾ ਕੇ ਤੁਸੀਂ ਆਪਣੀ ਫਿਜ਼ੀਕਲੀ ਰਿਪੋਰਟ ਨਾ ਕਰੋ ਔਰ ਜਾ ਕੇ ਪੰਜਾਬ ਦੇ ਉੱਤੇ ਬੈਠ ਜਾਓ ਕਿ ਇਹ ਪੰਜਾਬ ਦੇ ਥਰੂ ਜਾਵਾਂਗੇ ਉਹ ਇਹ ਗਲਤੀ ਨਾ ਕਰਨਾ 올 ਇੰਡੀਆ ਕੋਟਾ ਦੀ ਸੀਟ ਖਰਾਬ ਹੋ ਜੁਣੀ ਹੈ ਪੰਜਾਬ ਵਾਲਿਆਂ ਨੂੰ ਨੁਕਸਾਨ ਹੋ ਜਾਣਾ ਸੋ ਬੇਟਾ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਸੀਟ ਜਿਹੜੀ ਤੁਹਾਨੂੰ 올 ਇੰਡੀਆ ਕੋਟਾ ਚ ਮਿਲ ਗਈ ਹੈ ਜੇਕਰ ਪਟਿਆਲਾ ਲੈਣਾ ਹੈ ਤੇ 올 ਇੰਡੀਆ ਕੋਟਾ ਦੇ ਥਰੂ ਮਿਲਦਾ ਪਿਆ ਤਾਂ ਪਟਿਆਲਾ 올 ਇੰਡੀਆ ਕੋਟਾ ਦੇ ਥ ਇਦਟਾ ਤੁਹਾਡਾ ਨਾਮ ਆਜਾ ਨਾ ਪੰਜਾਬ ਦੇ ਵਿੱਚ ਵੀ ਤੁਹਾਡਾ ਨਾਮ ਪਟਿਆਲਾ ਚਾਇਆ ਹੋਏਗਾ ਉਦੋਂ ਤੁਹਾਡਾ ਆਲਰੀਡੀਆ ਕੋਟਾ 'ਚ ਵੀ ਨਾਮ ਆਇਆ ਹੋਏਗਾ ਬਟ ਯੂ ਸ਼ੁਡ ਵਾਟ ਦਾ ਠੀਕ ਹੈ ਸੋ ਉਹਦੇ ਅਕੋਰਡਿੰਗਲੀ ਹੀ ਆਪਟ ਕਰਨਾ ਠੀਕ ਹੈ ਜੋ ਅਲਟੀਮੇਟਲੀ 700 ਵਾਲੇ ਬੱਚੇ ਬਠਿੰਡੇ ਕਾ ਬਠਿੰਡਾ ਕਾਫੀ ਬੱਚਿਆਂ ਨੂੰ ਬਠਿੰਡਾ ਅਲੋਟ ਹੋਇਆ ਸੋ 1 2 3 4 5 6 7 8 9 10 11 12 13 13 ਬੱਚੇ ਆ ਜਿਨ੍ਹਾਂ ਨੂੰ ਏਮਜ਼ ਬਠਿੰਡਾ ਹੀ ਜਿਹੜਾ ਅਲੋਟ ਹੋ ਗਿਆ 700 ਨੰਬਰ ਪਲੱਸ ਵਾਲੇ ਬੱਚਿਆਂ ਨੂੰ एम्स बठिंडा एम्स बिलासपुर ठीक है एम्स जम्मू ठीक है नेक्स्ट एम्स जोधपुर आ गया जीएमसी जी एम सी अमृतसर आ गया छे सौ पचानवे नंबर है बचे दे सिक्स नाइनटी फाइव मार्क्स है थीके? बच्चे ठीक है और जी एम सी अमृतसर मिले एम्स बिलासपुर मिले हैं ठीक है बच्चे का सिक्स नाइनटी फाइव स्कोर है जनरल कैटेगरी है एम्स बिलासपुर मिले 695 ਸਕੋਰ ਆ ਪਟਿਆਲਾ ਮਿਲਿਆ ਪਟਿਆਲਾ ਮਿਲਿਆ ਪਟਿਆਲਾ ਮਿਲਿਆ ਫਿਰ ਜੰਮੂ ਮਿਲਿਆ ਐਮਜ਼ ਜੰਮੂ ਐਮਜ਼ ਜੰਮੂ ਜੀਐਮਸੀ ਪਟਿਆਲਾ ਪਟਿਆਲਾ ਅੰਮ੍ਰਿਤਸਰ ਪਟਿਆਲਾ 690 ਵਾਲੇ ਨੂੰ ਆ ਐਮਜ਼ ਜੰਮੂ ਮਿਲਿਆ 690 ਵਾਲੇ ਨੂੰ ਫਿਰ ਪਟਿਆਲਾ ਮਿਲਿਆ ਆ ਲੇਡੀ ਹਡਿੰਗਵਲ ਮਿਲਿਆ ਆ 687 ਮਾਰਕਸ ਜੀਐਮਸੀ ਆ ਚੰਡੀਗੜ ਫਿਰ ਮਿਲਿਆ ਠੀਕ ਹੈ 686 ਵਾਲੇ ਨੂੰ ਜੀਐਮਸੀ ਅੰਮ੍ਰਿਤਸਰ ਮਿਲਿਆ ਜਿੰਨਾਂ ਨੂੰ ਅੰਮ੍ਰਿਤਸਰ ਮਿਲਿਆ ਆਲ ਇੰਡੀਆ ਕੋਟਾ ਦੇ ਥਰੂ ਹੋਰ ਆਲ ਇੰਡੀਆ ਕੋਟਾ ਦੇ ਥਰੂ ਹੀ ਜਾਣਾ ਠੀਕ ਹੈ ਸਟੇਟ ਦੇ ਉੱਤੇ ਵੇਟ ਨਾ ਕਰਨਾ ਆਪਣਾ ਰਿਜ਼ਲਟ ਚੈੱਕ ਕਰ ਲੋ ਤੁਹਾਡਾ ਉੱਤੇ ਰਿਜ਼ਲਟ ਵੀ ਜਿਹੜਾ ਆਇਆ ਆ ਆਲ ਇੰਡੀਆ ਕੋਟਾ ਦੇ ਥਰੂ ਆਇਆ ਤੇ ਆਲ ਇੰਡੀਆ ਕੋਟਾ ਦੇ ਥਰੂ ਹੀ ਜਾਣਾ ਸਟੇਟ ਦੇ ਉੱਤੇ ਡਿਪੈਂਡਡ ਨਾ ਹੋ ਜਨਾ ਸੀਟ ਬੜੀ ਖਰਾਬ ਹੋ ਜਣੀ ਹੈ ਪੰਜਾਬ ਦੇ ਬੱਚਿਆਂ ਦੇ ਲਈ ਬੱਚੇ ਬਹੁਤ ਵੇਟ ਕਰਦੇ ਪਏ ਕਿਉਂਕਿ ਤੁਹਾਡੀ ਸੀਟ ਮੂਵ ਕਰਨ ਦੇ ਨਾਲ ਹੀ ਸੀਟ ਜਿਹੜੀਆਂ ਵੋਕੇਟ ਹੋਣੀਆਂ ਪੰਜਾਬ ਦੇ ਨੇ ਤੇ ਬਾਕੀ ਬੱਚਿਆਂ ਨੂੰ ਆਪ ਠੀਕ ਹੈ ਤੁਹਾਡਾ ਤਾਂ ਪੁੰਨ ਹੋ ਗਿਆ ਤੁਸੀਂ ਆਪਣਾ ਕੰਮ ਕਰ ਲਿਆ ਬਟ ਐਟ ਲੀਸਟ ਜਿਹੜੇ ਬਾਕੀ ਬੱਚੇ ਬੈਠੇ ਹੋਏ ਆ ਉਹਨਾਂ ਨੂੰ ਨੰਬਰ ਤਾਂ ਹੀ ਆਏਗਾ ਜੇ ਤੁਸੀਂ ਆਪਣੀ ਆਲਰੇਡੀ ਕੁਆਟਾ ਦੀ ਸੀਟ ਚ ਜਾਓਗੇ ਬਿਕੋਜ਼ ਤੁਸੀਂ ਡਿਜ਼ਰਵ ਕਰਦੇ ਹੋ ਯੂ ਆਰ ਦਾ ਟਾਪਰਸ ਆਫ ਦਾ ਨੀਟ 2024 ਨਾ ਸੋ ਦੈਟ ਇਜ਼ ਵਾਈ ਯੂ ਸ਼ੂਡ ਆਪਟ ਦੈਟ ਅਗਰ ਤੁਹਾਨੂੰ ਓਪਰਚ्युनिटी ਮਿਲ ਰਹੀ ਹੈ ਠੀਕ ਹੈ ਸੀ ਆ ਗਾਂਧੀ ਅੰਸੀ ਕਾਲ ਬੀ ਕਾਲ ਦੇਖੋ ਪਤਾ ਹੈ ਕਿਆ ਅ ਐਦਾਂ ਨਹੀਂ ਹੈ ਕਿ ਤੁਸੀਂ ਆਲ ਇੰਡੀਆ ਕੋਟਾ ਦੇ ਥਰੂ ਤੁਸੀਂ ਜਾ ਕੇ ਇੱਥੇ ਆਪਾਂ ਹੋਲਡ ਕਰ ਲਓ ਸੀਟ ਕਈਆਂ ਬੱਚਿਆਂ ਦੇ ਦਿਮਾਗ ਦੇ ਵਿੱਚ ਹੋਏ ਕਿ ਆਪਾਂ ਨੂੰ ਆਲ ਇੰਡੀਆ ਕੋਟਾ ਦੀ ਆਪਾਂ ਸੀਟ ਵਿਕੇਟ ਕਰ ਦਿੰਦੇ ਹਾਂ ਹੋਰ ਸਾਡਾ ਫ੍ਰੀ ਐਗਜ਼ਿਟ ਬਚ ਜਾਏਗਾ ਆਪਾਂ ਜੁਆਇਨ ਨਹੀਂ ਕਰਾਂਗੇ ਕਾਲਜ ਔਰ ਰਾਉਂਡ 1 2 3 ਦੇ ਲਈ ਸਾਨੂੰ ਬੈਟਰ ਓਪਰਚ्युनिटी ਮਿਲ ਜਾਏਗੀ ਠੀਕ ਹੈ ਸੋ ਐਦਾਂ ਦੀ ਦਿਮਾਗ ਦੇ ਵਿੱਚ ਥਿੰਕਿੰਗ ਨਾ ਰੱਖਣਾ ਕਿਉਂਕਿ ਆਲ ਇੰਡੀਆ ਕੋਟਾ ਦੇ ਵਿੱਚ ਪਹਿਲਾਂ ਤੁਸੀਂ ਜਿਹੜੀ ਤੁਹਾਨੂੰ ਸੀਟ ਮਿਲੀ ਹੈ ਪਹਿਲਾਂ ਤੁਸੀਂ ਉਹਨੂੰ ਹੋਲਡ ਕਰੋ ਐਸ ਟੈਮ ਦੇ ਉੱਪਰ ਸਿਚੁਏਸ਼ਨ ਨਹੀਂ ਹੈ ਕਿ ਤੁਸੀਂ ਸੀਟ ਵਕੇਟ ਕਰਕੇ ਜਿਆਦਾ ਤੁਸੀਂ ਕਾਉਂਸਲਿੰਗ ਪਲੇ ਕਰ ਸਕੋਗੇ ਹਰ ਸਾਲ ਕਾਉਂਸਲਿੰਗ ਪਲੇ ਹੁੰਦੀ ਹੈ ਔਰ ਰਾਉਂਡ 3 ਦੇ ਵਿੱਚ ਅچھے ਰਿਜ਼ਲਟ ਮਿਲਦੇ ਵੀ ਹੈਗੇ ਬਟ ਇਸ ਵਾਰੀ ਦਾ ਉਦਾਂ ਦਾ ਸਿਨੈਰੀਓ ਨਹੀਂ ਹੈ ਕਿ ਆਪਾਂ ਜਿਆਦਾ ਖੇਲ ਪਾਈਏ ਜਿਹੜਾ ਕਾਉਂਸਲਿੰਗ ਦੇ ਨਾਲ ਸੋ ਦਟ ਕਿ ਆਪਾਂ ਜਿਆਦਾ ਅਪਗ੍ਰੇਡੇਸ਼ਨ ਦੇ ਚੱਕਰਾਂ 'ਚ ਪਈਏ ਸੋ ਜਿਹੜੇ ਬੱਚੇ ਨੂੰ ਜਿਹੜੀ ਜਿਹੜੀ ਸੀਟ ਮਿਲਦੀ ਪਈ ਐਟ ਲੀਸਟ ਯੂ ਸ਼ੁੱਡ ਹਾਪ ਦੈਟ ਠੀਕ ਹੈ ਕਿਉਂਕਿ ਜੇ ਤੁਹਾਨੂੰ ਇਸ ਤੋਂ ਅੱਛਾ ਕਾਲਜ ਮਿਲਿਆ ਤੇ ਪੰਜਾਬ ਦੇ ਵਿੱਚ ਜੇ ਤੁਹਾਨੂੰ ਰਾਉਂਡ 1 'ਚ ਨਹੀਂ ਮਿਲਿਆ ਸੀਟ ਹੋਲਡ ਕਰ ਲਓ ਪੰਜਾਬ ਦੇ ਵਿੱਚ ਹੋਲਡ ਕਰ ਲਓ ਬਲ ਆਲ ਇੰਡੀਆ ਕੋਟਾ ਦੇ थ्रू ਕਰੋ ਪੰਜਾਬ ਵਾਲੀ ਸੀਟ ਨਾ ਛੇੜਨਾ ਠੀਕ ਹੈ ਜੇ ਤੁਹਾਡਾ ਪੰਜਾਬ ਦੇ ਵਿੱਚ ਵੀ ਨਾਮ ਆਇਆ ਹੋਇਆ ਠੀਕ ਹੈ ਸੋ 686 ਨੈਕਸਸ ਗਾਂਧੀ ਬੋਪਾਲ ਬੋਪਾਲ ਵਾਲਾ ਬੱਚਾ ਸਾਇ I think ਸੋਚੇਗਾ ਕਿਉਂਕਿ ਇਹਨੂੰ ਮੈਂ ਨਹੀਂ ਸਟ੍ਰਿਕਟਲੀ ਕਹਿ ਸਕਦਾ ਠੀਕ ਹੈ ਸੋ ਗਾਂਧੀ ਮੈਡੀਕਲ ਕਾਲਜ ਇਜ਼ ਬੋਪਾਲ ਇਜ਼ ਆਸਮ ਕਾਲਜ ਬਟ ਸਟਿਲ ਐਥ ਇਹਨੂੰ ਮੈਂ ਨਾ ਜ਼ੋਰ ਨਹੀਂ ਪਾ ਸਕਦਾ ਐਮ ਪੀ ਸ਼ਾ ਮੈਡੀਕਲ ਕਾਲਜ 686 ਵਾਲੇ ਨੂੰ ਫਿਰ ਉਸ ਤੋਂ ਬਾਅਦ ਜੀ ਐਮ ਸੀ ਪਟਿਆਲਾ ਮਿਲਿਆ 686 ਨੂੰ 685 ਦੇ ਵਿੱਚ ਐਮਜ਼ ਜੰਮੂ ਮਿਲਿਆ ਫਿਰ ਪੰਡਿਤ ਜਵਾਲਾ Nehru ਮਿਲਿਆ ਚੰਬਾ ਮਿਲ ਗਿਆ ਆਈ ਥਿੰਕ ਆਈ ਇਹ ਵਾਲੇ ਬੱਚੇ ਨੇ ਗਲਤੀ ਕਰ ਦਿੱਤੀ ਹੈ 685 ਵਾਲੇ ਬੱਚੇ ਨੇ ਡੈਫੀਨੇਟਲੀ ਇਹਨੇ ਧਿਆਨ ਨਾਲ ਕਾਉਂਸਲਿੰਗ ਫਿਲ ਨਹੀਂ ਕੀਤੀ ਠੀਕ ਹੈ ਜੀ ਇਹਨੇ ਇਹਦੀ ਕਾਉਂਸਲਿੰਗ ਜਿਹੜੀ ਲੈਕ ਕੀਤੀ ਹੈ ਇਹਨੇ ਕਾਉਂਸਲਿੰਗ ਅੱਛੀ ਤਰ੍ਹਾਂ ਨਾਲ ਨਹੀਂ ਪਰੀ ਸੋ ਥੈਟ ਕਿ 685 ਦੇ ਵਿੱਚ ਇਹਨੂੰ ਇਹਨੇ ਪੰਡਿਤ ਜਵਾਲਾ Nehru ਚੰਬਾ ਪਰ ਲੈ ਵਰ ਲਿਆ ਸੋ ਇਹ ਕੋਈ ਵਾਈਸ ਡਿਸੀਜਨ ਨਹੀਂ ਹੈ ਦਾ ਕਾਉਂਸਲਿੰਗ ਪਰ ਹੁੰਦਾ सो नेक्स्ट सिक्स एटी फाइव पंडित जवाहर चंबा सिक्स एटी फाइव तो एम्स जम्मू क्योंकि डेफिनेटली उस तो बाद नैक्सट सिक्स एटी फाइव केी जी एम सी जो फरीदकोट मिले है। फिर उस तो फरीदकोट मिले है, एम्स ऋषिकेश मिले एससी कैटागरी के बचा एम्स ऋषिकेश मिले नैक्सट सिक्स एटी थ्री द्र प्रसाद एम सी कॉलेज मेडिकल कॉलेज टांडा मिले सिक्स एटी वन ग्यारह कैटागरी एस कैटागरी है 681, थर्टी सिक्स कैटेगरी प्लस इलेवन कैटेगरी जी एम स अमृतसर मिले सिक्स एटी हो गया जी जी एम सी फरीदकोट मिले सिक्स सैवनटी सिक्स जी एम सी एच चंडगढ़ मिले सो ओवरऑल कंकलूजन आप इदा कटते हैं चलो बस बहुत हो गया लास्ट आई थिंक सो कि जेडे नाइनटी सैवन कैंडिडेट हैं मेरे अकॉर्डिंगली जे नाइनटी सैवन कैंडीडेट्स है अपट टू फस्ट अपनी मैरिट लिस्ट के हिसाब के नाल ਪੰਜਾਬ ਦੇ ਜਿੰਨੇ ਵੀ ਮੈਰਿਟ ਹੈ ਉਹਦੇ 97 ਨੰਬਰ ਰੈਂਕ ਆ ਰੈਂਕ ਹੈ ਇਹਦਾ 3 ਰੋਲ ਨੰਬਰ ਹੈ ਇਹਦਾ 3803030179 ਠੀਕ ਹੈ ਸੋ ਇਸ ਬੱਚੇ ਨੂੰ ਆਈ ਥਿੰਕ ਸੋ ਇਸ ਬੱਚੇ ਤੱਕ ਜਿਹੜੇ ਕਾਲਜਸ ਆ ਉਹ ਸਾਰੇ ਦੇ ਸਾਰੇ ਅੱਛੇ ਕਾਲਜਸ ਹੈ ਕੁਝ ਇੱਕ ਦੋ ਕਾਲਜਸ ਹੈਗੇ ਜਿਹੜੇ ਬੱਚਿਆਂ ਨੂੰ ਉਹ ਸੋਚ ਸਕਦੇ ਹੋ ਉਹ ਪੰਜਾਬ ਵਾਲਾ ਸੈਕੰਡ ਰਾਉਂਡ ਦੇਖ ਸਕਦੇ ਆ ਬਟ ਆਲ ਇੰਡੀਆ ਦਾ ਸੈਕੰਡ ਰਾਉਂਡ ਵੀ ਦੇਖ ਸਕਦੇ ਆ ਔਰ ਫ੍ਰੀ ਐਗਜ਼ਿਟ ਵੀ ਕਰ ਸਕਦੇ ਆ ਠੀਕ ਹੈ ਕੁਝ ਬੱਚਿਆਂ ਨੂੰ ਕਾਲਜਸ ਮਿਲੇ ਆ ਕੁਝ ਦੂਰ ਮਿਲੇ ਆ ਸੋ ਸਿਰਫ ਜਿਆਦਾ ਤੋਂ ਜਿਆਦਾ ਨਾਟ ਮੋਰ ਦੈਨ 2 অর 3 ਐਦਾਂ ਦੇ ਕਾਲਜਸ ਆ ਜਿਹੜੇ ਦੂਰ ਵਾਲੇ ਆ ਬਟ ਕਾਲਜ ਦਾ ਸਟੇਟਸ ਬਹੁਤ ਅੱਛਾ ਜੇਕਰ ਤੁਸੀਂ ਦੂਰ ਜਾ ਸਕਦੇ ਹੋ ਤਾਂ ਕਾਲਜ ਤੁਸੀਂ ਛੱਡਣਾ ਨਾ ਹੈ ਵਾਲਾ ਕਾਲਜ ਬਿਕੋਜ਼ ਇਹ ਵਾਲਾ ਕਾਲਜ ਦੁਬਾਰਾ ਮਿਲਣਾ ਨਹੀਂ ਹੈ ਜੀ ਠੀਕ ਹੈ ਜੀ ਸੈਕੰਡ ਰਾਉਂਡ ਦੇ ਵਿੱਚ ਬੱਚਿਆਂ ਨੇ ਆ ਫ੍ਰੀ ਐਗਜ਼ਿਟ ਤੋਂ ਬਾਅਦ ਜਿੰਨਾ ਬੱਚਿਆਂ ਨੂੰ ਸੀਟ ਨਹੀਂ ਮਿਲਣੀ ਉਹਨਾਂ ਨੇ ਆਲਰੇਡੀ ਆਲਰੇਡੀ ਕੋਟਾ ਦੇ ਵਿੱਚ ਦੁਬਾਰਾ ਪਾਰਟਿਸਿਪੇਟ ਕਰਨਾ ਹੈ ठीक है जी सो so, आईजीएमसी शिमला तक वन हंडरड भिक, वन विक्रमजीत सिंह सिक्स 671 वन सिक्स वन स्कोर आईजीएमसी शिमला मिल गया बहुत अच्छा कॉलेज है सो so, मेरी अकॉर्डिंगली वन हंड्रड 107 वन जीरो वन जीरो तक 107 ਨੰਬਰ ਮੈਰਿਟ ਤੱਕ ਅਕੋਰਡਿੰਗ 256 ਮੈਰਿਟ ਨੰਬਰ ਮੈਰਿਟ ਨੰਬਰ 256 ਤੱਕ ਕੁਝ ਕੈਂਡੀਡੇਟ ਛੱਡ ਦਿੱਤੇ ਬਟ ਓਵਰਆਲ ਜੇਕਰ ਆਪਾਂ ਦੇਖਿਆ ਜਾਏ ਤੇ ਟੋਟਲ 100 ਬੱਚਾ ਇਦਾਂ ਦਾ ਜਿਨ੍ਹਾਂ ਨੂੰ 올 ਇੰਡੀਆ ਕੋਟਾ ਦੇ ਵਿੱਚ ਅੱਛਾ ਕਾਲਜ ਮਿਲ ਚੁੱਕਿਆ ਸੋ ਦੇ ਸ਼ੁਡ ਜੁਆਇਨ दैट ਕਾਲਜ ਐਟ ਲੀਸਟ ਠੀਕ ਹੈ ਉਹਨਾਂ ਨੂੰ ਕਾਲਜ ਜੋ ਜੁਆਇਨ ਕਰਨਾ ਚਾਹੀਦਾ ਹੈ ਔਰ ਦੁਬਾਰਾ 올 ਇੰਡੀਆ ਕੋਟਾ ਦੇ ਲਈ ਦੁਬਾਰਾ ਅਪਲਾਈ ਕਰਨਾ ਚਾਹੀਦਾ ਹੈ ਰਾਉਂਡ 2 ਦੇ ਵਿੱਚ ਉਹਨਾਂ ਨੂੰ ਹੋਰ ਅੱਛਾ ਕਾਲਜ ਮਿਲ ਸਕਦਾ ਹੈ ਇਸ ਤੋਂ ਵੀ ਅੱਛਾ ਕਾਲਜ ਮਿਲ ਸਕਦਾ ਹੈ ਬਟ ਦੁਬਾਰਾ ਬੋਲਦਾ ਹੈ ਇਹ ਗਲਤੀ ਨਾ ਕਰਨਾ ਕਿ ਉਧਰ ਦਾ ਛੱਡ ਕੇ ਪਟਿਆਲਾ ਦੀ ਸੀਟ ਜਿਹੜੀ ਹੈ ਖਰਾਬ ਕਰਨਾ ਠੀਕ ਹੈ ਜੀ ਸੋ ਦਿਸ ਵਾਸ ਦਾ ਸਿਨੈਰੀਓ ਸੋ 97 ਕੈਂਡੀਡੇਟ ਅਗਰ ਮੂਵ ਕਰਦੇ ਆ ਸੋ 97 ਸੀਟਸ ਜਿਹੜੀਆਂ ਸਾਡੀਆਂ ਵੋਕੇਟ ਹੋ ਗਈਆਂ ਪੰਜਾਬ ਦੀਆਂ ਜਿਹੜੀਆਂ 97 ਵੋਕੇਟ ਹੋਈਆਂ ਉਸ ਤੋਂ ਬਾਅਦ ਪਿੱਛੇ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਮੌਕਾ ਮਿਲ ਜਾਏਗਾ ਠੀਕ ਹੈ રાઉન્ડ 1 ਦੇ ਵਿੱਚ ਉਹਨਾਂ ਦੀ ਸੀਟ ખાલી ਹੋ જਣਗੀਆਂ ਔਰ ਭਰ ਲਣਗੇ ਠੀਕ ਹੈ ਉਸ ਤੋਂ ਬਾਅਦ ਜਾ ਕੇ ਆਲ ਇੰਡੀਆ ਕੋਟਾ ਵਾਲੇ ਵੀ ਜਿਹੜੇ ਬੱਚੇ ਜਦੋਂ ਦੁਬਾਰਾ ਰਾਉਂਡ 1 ਦੇ ਵਿੱਚ ਜਿਨ੍ਹਾਂ ਨੂੰ ਸੀਟ ਮਿਲੇਗਾ ਰਾਉਂਡ 2 ਦੇਖਣ ਜਾਣਗੇ ਜਦੋਂ ਰਾਉਂਡ 2 ਦੇ ਵਿੱਚ ਕਿਉਂਕਿ ਰਾਉਂਡ 2 ਦੇ ਵਿੱਚ ਜਦੋਂ ਤੁਸੀਂ ਆਲ ਇੰਡੀਆ ਕੋਟਾ ਦਾ ਦੇਖੋਗੇ ਨਾ ਤਾਂ অলਮੋਸਟ ਆਲ ਇੰਡੀਆ ਕੋਟਾ ਦੇ ਵਿੱਚ ਟੋਟਲ 80 70% ਬੱਚਾ ਹੈ ਜਿਹੜਾ ਜੁਆਇਨ ਕਰਦਾ ਹੀ ਨਹੀਂ ਹੈ 70% ਬੱਚਾ ਆਲ ਇੰਡੀਆ ਕੋਟਾ ਦੇ ਵਿੱਚ ਜੁਆਇਨ ਕਰਦਾ ਨਹੀਂ ਕਿਉਂਕਿ ਜਿਹੜੇ ਦੂਰ ਕਾਲਜਸ ਦੇ ਲਈ ਉਹ ਬੱਚਾ ਜੁਆਇਨ ਨਹੀਂ ਕਰਦਾ 70% ਸੋ ਇਹਦੇ ਲਈ ਅਕੋਰਡਿੰਗਲੀ 70% ਜਿਹੜਾ ਬੱਚਾ ਜੁਆਇਨ ਹੀ ਨਹੀਂ ਜਦੋਂ ਕਰਦਾ ਤੇ ਉਹ ਆਪਣੀ ਸਟੇਟ ਚ ਤੇ ਵਾਪਸ ਆਂਦਾ ਹੀ ਹੈ ਬਟ ਸੈਕੰਡ ਰਾਉਂਡ ਦੇ ਵਿੱਚ ਜਿਹੜਾ ਰਿਜ਼ਲਟ ਹੁੰਦਾ ਔਰ ਫਸਟ ਰਾਉਂਡ ਜਦੋਂ ਆਪਣੀ ਸਟੇਟ ਦੇ ਵਿੱਚ ਜਦੋਂ ਖੇਲਣ ਜਾਂਦਾ ਤੇ ਸਟੇਟ ਦੇ ਵਿੱਚ ਉਹ ਕੰਫਰਟੇਬਲੀ ਆਪਣੀ ਸੀਟ ਜਿਹੜੀ ਹੈ ਅਕੂਪਾਈ ਕਰਵਾ ਲੈਂਦਾ ਫਿਰ ਉਸ ਤੋਂ ਬਾਅਦ ਉਹ ਰਾਉਂਡ ਦੇ ਵਿ ਡਾਊਨ ਟੂਰ ਦੇ ਵਿੱਚ ਤੇ ਖੇਲਦਾ ਹੀ ਨਹੀਂ ਮੋਸਟਲੀ ਉਹ ਜਾਂਦਾ ਹੀ ਨਹੀਂ ਹੈ ਤੇ ਸੀਟਾਂ ਜਿਹੜੀਆਂ ਵਕੇਟ ਹੋ ਜਾਂਦੀਆਂ ਤਾਂ ਇਸ ਲਈ ਰਾਉਂਡ 1 ਤੋਂ ਬਾਅਦ ਰਾਉਂਡ 2 ਦਾ ਜਦੋਂ 올 ਇੰਡੀਆ ਕੋਟਾ ਦੇ ਵਿੱਚ ਜਦੋਂ ਰਿਜ਼ਲਟ ਆਏਗਾ ਤੋ ਉਹਦੇ ਜੇ ਕਾਫੀ ਰੈਂਕ ਦੇ ਵਿੱਚ ਫਲਕਚੁਏਸ਼ਨ ਦੇਖ ਨੂੰ ਮਿਲਦੀ ਹੈ ਠੀਕ ਹੈ ਸੋ ਉਹਦੇ ਅਕੋਰਡਿੰਗਲੀ ਹੀ ਯੂ ਕੈਨ ਪਲੇ ਬਟ ਯੂ ਹੈਵ ਟੂ ਗ੍ਰੈਬ ਥਿਸ ਸੀਟ ਐਟ ਲੀਸਟ ਬਿਕੋਜ਼ ਇਹਨਾਂ ਨੂੰ ਮਸੀਸੀਆਈ ਦੇ थ्रू ਜਿਹੜੀ ਸੀਟ ਮਿਲੀ ਹੈ 올ਡੇਆ ਕੋਟਾ ਦੇ 3 ਉਹਨਾਂ ਨੂੰ ਅਟੇਨ ਕਰਨੀ ਚਾਹੀਦੀ ਹੈ ਸੋ ਡੈਫੀਨਿਟਲੀ ਬਾਕੀ ਉਸ ਤੋਂ ਬਾਅਦ ਰਾਉਂਡ 1 ਤੋਂ ਬਾਅਦ ਰਾਉਂਡ 2 ਆਏਗਾ ਰਾਉਂਡ 2 ਤੋਂ ਬਾਅਦ ਰਾਉਂਡ 3 ਆਏਗਾ ਜਿਹੜੀ ਸਾਡੀ ਹੋਪ ਸੀਗੀ ਉਹ ਫਾਈਨਲੀ ਜਿਹੜੀ ਹੋਪ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਕਿਉਂਕਿ ਐਨਆਰਆਈ ਸੀਟਸ ਜਿਹੜੀਆਂ ਟੋਟਲ 180 ਸੀਟਸ ਸੀਗੀਆਂ ਜਿਹੜੀਆਂ ਮੂਵ ਹੋਣੀਆਂ ਸੀਗੀਆਂ ਪੰਜਾਬ ਦੇ ਵਿੱਚ ਐਨਆਰਆਈ ਕੈਂਡੀਡੇਟਸ ਦੀਆਂ ਅ ਬੱਚਿਆਂ ਨੂੰ ਮਿਲਣੀਆਂ ਸੀਗੀਆਂ ਰੈਗੂਲਰ ਜਨਰਲ ਕੈਟਾਗਰੀ ਦੇ ਲਈ ਕਿਉਂਕਿ ਜੇਕਰ ਤੁਸੀਂ ਕੰਪੇਅਰ ਕਰਦੇ ਪਿਓ ਰਿਜ਼ਰਵੇਸ਼ਨ ਕੈਟਾਗਰੀ ایਡਬਲਯੂਐਸ ਤੇ ਬੱਚਿਆਂ ਨੂੰ ਉਹਨਾਂ ਨੂੰ ਤਾਂ ਫਿਰ ਵੀ ਥੋੜਾ ਬਹੁਤ ਜਿਹੜਾ 630 ਤੱਕ ਪੁੱਜਦਾ ਪਿਆ ਬਟ ਜਨਰਲ ਕੈਟਾਗਰੀ ਦੇ ਲਈ ਬਹੁਤ ਡਿਫਿਕਲਟ ਇਸ ਟਾਈਮ ਦੇ ਉੱਪਰ ਸਿਚੁਏਸ਼ਨ ਜਿਹੜੀ ਹੈ ਨਾ ਬਹੁਤ ਵਾਕਈ ਹੀ ਬੜੀ ਗੰਦੀ ਸਿਚੁਏਸ਼ਨ ਲੱਗਦੀ ਪਈ ਹੈ ਕਿ 650 ਵਾਲਾ ਬੱਚਾ ਜਿਹੜਾ ਉਹੀ ਇਫੈਕਟ ਹੁੰਦਾ ਪਿਆ ਉਹਨੂੰ ਸੀਟ ਨਾ ਮਿਲਣਾ ਕੋਈ ਇੱਕ ਇਸ ਤੋਂ ਵੱਡੀ ਗਲਤੀ ਆਪਾਂ ਪ੍ਰੋਬਲਮ ਕਿਹੜਾ ਫੇਸ ਕਰ ਸਕਦੇ ਆ ਕਿ ਜਿਹੜੀ 650 ਬਲੇ ਬੱਚੇ ਨੂੰ ਵੀ ਸੀਟ ਨਾ ਮਿਲੇ ਸੋ ਇਹੀ ਸੀਟਾਂ ਹੀ ਜਿਹੜੀਆਂ ਬੱਚਿਆਂ ਨੂੰ ਮੂਵ ਕਰ ਰਹੀਆਂ ਹੈਗੀਆਂ ਚਲੋ ਨੋ ਡਾਊਟ ਕਿ ਆਈ ਆਮ ਜਸਟ ਗਿਵਿੰਗ ਯੂ ਦ ਹੋਪ ਫॉर दैट ਕਿ ਐ 97 ਕੈਂਡੀਡੇਟ ਹੈ ਜਿਹੜਾ ਆਲਰੇਡੀ ਕੋਟਾ ਦੇ ਵਿੱਚ ਆਪਣੀ ਸੀਟ ਅਕੂਪਾਈ ਕਰ ਲੈਂਦੇ ਆ ਤੇ 90 ਸੀਟਸ ਦੇ ਲਈ ਸਾਨੂੰ ਵੈਕੈਂਸੀ ਮਿਲ ਜਾਏਗੀ ਸੋ 650 ਤੋਂ ਨੀਚੇ ਗਰਾਫ ਆ ਜਾਏਗਾ सो काफ़ी राउंड अबाउट सिक्स थर्टी और सिक्स थर्ट फाइव तक भी चांसिस है गवर्नमेंट के चांसेस। बट ज्यादातर सब तो ज्यादा अफेक्टड हों पनरल कैटागरी कि अफेक्टेड होंगे पैया दैट इज़ जस्ट बिकॉज ऑफ द एन आर आई कोटा एन आर आई कोटा दौ अस्सी सीटा सगिया जर साल तीह और पैंती चाली सीटा भर दी बाकी वन फोर्टी सीट्स ਇਹ ਜਨਰਲ ਨੂੰ ਮਿਲਦੀਆਂ ਸੀ ਔਰ ਬੱਚਿਆਂ ਨੇ ਪਲਾਨ ਕੀਤੇ ਹੁੰਦੇ ਸੀ ਤਾਂ ਉਹਨਾਂ ਨੂੰ ਸੀਟ ਮਿਲ ਜਾਂਦੀ ਸੀ ਬਟ ਉਹ ਵੀ ਬਹੁਤ ਹੀ ਗੰਦਾ ਡਿਸੀਜਨ ਹੋਇਆ ਐਨਆਰਆਈ ਦੇ ਸੀਟਸ ਦਾ ਸੋ ਇਫ ਯੂ ਆਰ ਪਲਾਨਿੰਗ ਸੋ ਕਿਉਂਕਿ ਹੁਣ ਕੁਝ ਨਹੀਂ ਹੋ ਹੋ ਨਹੀਂ ਸਕਦਾ ਬਿਕਾਉਜ਼ ਅਜ ਵੀ ਐਨਆਰਆਈ ਤੇ ਲਈ ਉਹਨਾਂ ਨੇ 30th ਡੇਟ ਪਾ ਦਿੱਤੀ ਹੈ ਬਿਕਾਉਜ਼ ਐਨਆਰਆਈ ਦੇ ਨਾਲ ਜੋ ਵੀ ਹੈ ਹੁਣ ਸਭ ਐਡ ਕਰ ਦਿੱਤੇ ਗਏ ਆ ਮੈਂ ਲਾਸਟ ਵੀਡੀਓ ਚ ਡਿਸਕਸ ਕੀਤਾ ਸੀ ਤੁਹਾਡੇ ਨਾਲ ਚਾਚੇ ਤਾਏ ਪੂਆ ਮਾਸੀ ਫੁੱਫੜ ਜੋ ਵੀ ਕਜ਼ਨ ਹੈ ਤੁਹਾਡੇ ਉਹ ਸਾਰੇ ਦੇ ਸਾਰੇ ਅਲਾਟ ਹੈ बिकॉज अराउंड 1.66 ਕੈਂਡੀਡੇਟ ਅਲਾਵ ਹੈ अराउंड 2 ਦੇ ਵਿੱਚ ਦੇਖਣਾ ਦੁਬਾਰਾ ਕਿਦਾਂ ਹੁੰਦੇ ਆ ਕਿਉਂਕਿ ਸਾਰੇ ਪੇਰੈਂਟ ਜਿਹੜੇ ਉਹ ਪਲਾਨ ਕਰ ਰਹੇ ਐ ਐਨਆਰਆਈ ਦੇ ਜਿਹੜੇ ਪੇਰੈਂਟਸ ਆ ਉਹ ਪਲਾਨ ਕਰ ਰਹੇ ਆ ਕਿ ਆਪਾਂ ਸੈਕੰਡ ਰਾਉਂਡ ਦੇ ਵਿੱਚ ਆਪਾਂ ਮੂਵ ਕਰੀਏ ਔਰ ਆਪਾਂ ਫਸਟ ਰਾਉਂਡ ਚ ਸਾਨੂੰ ਮੌਕਾ ਨਹੀਂ ਮਿਲਿਆ ਬਟ ਸੈਕੰਡ ਰਾਉਂਡ ਦੇ ਰਾਉਂਡ ਦੇ ਵਿੱਚ ਸਾਰੇ ਆਪਣੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਰਿਆਂ ਨੇ ਕਿ ਸਾਡੀ ਸਪਾਂਸਰਸ਼ਿਪ ਤੁਸੀਂ ਦਿਵਾਣੀ ਹੈ ਜੀ ਬਟ ਧਿਆਨ ਰੱਖਣਾ ਇੱਕ ਇੱਕ ਐਡਵਾਈਸ ਵੀ ਦੇਣਾ ਚਾਹਣਾ कि अपने रिश्तेदारों एक बार पहले पूछ भी लेना ठीक है जी बिकॉज एक कोई छोटी मोटी गल नहीं है एक महीना और अकनोलमेंट uh, लै रही है यूनिवर्सिटी ठीक है तुम्हें तो इधर एप्लीकेशन दे दो बट उधरों ध्यान होना एक टाइम भी लगना है ठीक है स्पोंसरशिप के जोड़े साइन भी होने सिगनेचर अथॉरिट जानी उन्होंने टाइम भी कटना पैना बार वालों ठीक है सौखा तो हमें बस ठीक है भी कह 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 देंगे कि चलो ठीक है जी आप करवा देने जी सीट बट जो एक महीना कटना पैदा ना बारह वालों तो फिर औखा हो जाएगा तो इस करके ध्यान ना सोच समझ के करना ਅਬੀ ਡਿਸੀਜਨ ਲੈਣਾ ਹੋਏਗਾ ਠੀਕ ਹੈ ਜੀ ਸੋ ਰਾਉਂਡ 2 ਦੇ ਵਿੱਚ ਡੈਫੀਨੇਟਲੀ ਜਿੰਨਾ ਦੀ ਆਲਰੇਡੀ ਪਲਾਨ ਕੀਤਾ ਹੋਇਆ ਐਨਆਰਆਈ ਦੀ ਸੀਟਸ ਜਿਹੜੀਆਂ ਕਿਉਂਕਿ ਜੇ ਫਰਸਟ 2 ਦਿਨ ਦੇ ਵਿੱਚ 66 ਕੈਂਡੀਡੇਟ ਜਿਹੜੇ ਐ ਐਡ ਹੋ ਸਕਦੇ ਆ ਤਾਂ ਹਜੇ ਤਰੋਂ ਰਾਉਂਡ 2 ਵੀ ਐ ਰਾਉਂਡ 2 ਦੇ ਵਿੱਚ ਫਰੈਸ਼ ਵੀ ਰਜਿਸਟ੍ਰੇਸ਼ਨ ਵੀ ਕਰਨਗੇ ਰਾਉਂਡ 3 ਦੇ ਵਿੱਚ ਵੀ ਕਰਨਗੇ ਸੋ ਉਨੀ ਦਿਨ ਤੱਕ ਉਹਨਾਂ ਨੂੰ ਮੌਕਾ ਮਿਲੇ ਜਨਾ ਸੋ ਮੋਸਟ ਪ੍ਰੋਬੇਬਲੀ ਇਹ 3rd ਰਾਉਂਡ ਦੀਆਂ ਜਿਹੜੀਆਂ ਪੋਸਿਬਿਲਿਟੀਜ਼ ਆ ਉਹ ਘਟ ਗਈਆਂ ਚਲੋ ਐਨੀ ਹੋ ਕੀ ਗੁੱਡ ਆਪਸ਼ਨ ਚੰਗੀ ਚੀਜ਼ ਹੈ ਸੋ ਨਾਉ ਵੀ ਆਰ ਡਿਪੈਂਡਡ ਔਨ ਦਾ ਆਲ ਇੰਡੀਆ ਕੋਟਾ ਦੇ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਕ੍ਰੀਮ ਬੱਚੇ ਆ ਆਪਾਂ ਇਹੀ ਹੋਪ ਕਰਦੇ ਆ ਕਿ ਉਹਨਾਂ ਨੂੰ ਅੱਛੇ ਅੱਛੇ ਕਾਲਜਸ ਜਿਹੜੇ ਆ ਮਿਲ ਜਨ ਸੋ ਥੈਟ ਕਿ ਜਿਹੜੇ 600 ਪਲੱਸ ਵਾਲੇ ਆ ਮੈਂ ਤਾਂ ਇਹੀ ਚਾਹਨਾ ਕਿ ਹਰ ਇੱਕ ਬੱਚੇ ਨੂੰ ਜਿਹੜੀ ਜਿਹੜੇ ਬੱਚੇ ਨੇ ਮਿਹਨਤ ਕੀਤੀ ਹੈ ਰੈਲੀ ਬਹੁਤ ਜ਼ਿਆਦਾ ਗੁੱਸਾ ਵੀ ਆਂਦਾ ਪਿਆ ਔਰ ਬੈਡ ਫੀਲ ਵੀ ਹੁੰਦਾ ਪਿਆ ਕਿ 600 ਵਾਲਾ ਬੱਚਾ ਜਿਹਨੂੰ ਅੱਜ ਤੱਕ ਅਹੀਂ ਕਦੀ ਵੀ ਨਹੀਂ ਬੋਲ ਸਕਦੇ ਹੈਗੇ ਕਿ ਇਹਨੂੰ ਸੀਟ ਨਹੀਂ ਮਿਲੇਗੀ ਗਵਰਨਮੈਂਟ ਦੇ ਵਿੱਚ ਅੱਜ ਇਸ ਵਾਰੀ ਉਹ ਹੋ ਰਿਹਾ ਹੈ चलो तो एनिहो ठीक है जी सताल जी सारू मेरिया विशेज थोड़े नाल सो फाइनली द एनैलिस वॉज डन विद यू सो ठीक है जी ओके गुड नाइट ऑल द बेस्ट